ਆਏ ਸੀ ਅੱਜ ਤੁਸੀਂ ਡੀਜੀਪੀ ਸਾਹਿਬ ਕੋਲ? ਅਸੀਂ ਅੱਜ ਡੀਜੀਪੀ ਸਾਹਿਬ ਦੇ ਕੋਲ ਆਏ ਸੀਗੇ। ਉਹਨਾਂ ਨੂੰ ਅਸੀਂ ਪਹਿਲਾਂ ਇੱਕ ਈਮੇਲ ਪਾਈ ਸੀਗੀ, ਉਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ, ਹਿੰਦੂ ਲੀਡਰਸ ਦੇ ਉੱਤੇ ਅਟੈਕ ਹੋ ਰਹੇ ਆ, ਔਰ ਹਿੰਦੂ ਲੀਡਰਸ ਦੇ ਜਿਹੜੇ ਸਿਕਿਉਰਿਟੀ ਦੇ ਬੰਦੇ ਤੁਸੀਂ ਪ੍ਰੋਵਾਈਡ ਕੀਤੇ ਹੋਏ ਆ, ਉਹਨਾਂ ਦੀ ਜਾਨ ਦੀ ਰੱਖਿਆ ਨਹੀਂ ਕਰ ਪਾ ਰਹੇ। ਅਤੇ ਇਸ ਕਰਕੇ ਅਸੀਂ ਇਹ ਗੱਲ ਕੀਤੀ ਸੀਗੀ, ਡੀ ਜੀ ਪੀ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਸੀਗੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਹਿੰਦੂ ਲੀਡਰ ਹੈ ਇਹਨਾਂ ਨੂੰ ਤੁਸੀਂ ਲਾਇਸੈਂਸ ਦਿੱਤੇ ਜਾਣ, ਵੀ ਜਿਹਨਾਂ ਦੇ ਕੋਲ ਲਾਇਸੈਂਸ ਨਹੀਂ ਹੈ, ਘੱਟ ਤੋਂ ਘੱਟ ਅਸੀਂ ਆਪਣੇ ਜੇ ਸਾਨੂੰ ਲਾਇਸੈਂਸ ਪ੍ਰੋਵਾਈਡ ਹੋ ਜਾਣਗੇ ਤਾਂ ਅਸੀਂ ਘੱਟ ਤੋਂ ਘੱਟ ਮੌਕੇ ਦੇ ਉੱਤੇ ਮੁਕਾਬਲਾ ਕਰ ਪਾਈਏ, ਆਪਣੀ ਜਾਨ ਦੀ ਰੱਖਿਆ ਕਰ ਪਾਈਏ ਔਰ ਆਪਣੇ ਸਮਾਜ ਦੀ ਜਾਨ ਦੀ ਰੱਖਿਆ ਕਰ ਪਾਈਏ। ਅਤੇ ਆਪਣੇ ਡੀ ਜੀ ਪੀ ਸਾਹਿਬ ਨੇ, ਆਪਣੇ ਜਿਹੜੇ ਸੀਗੇ ਅਰਪੀ ਸ਼ੁਕਲਾ ਜੀ, ਇਹਨਾਂ ਨੇ ਸਾਡੀ ਸਾਰੀ ਗੱਲਾਂ ਮੰਨੀਆਂ ਔਰ ਉਸੇ ਵੇਲੇ ਹੀ ਜਿਹਨਾਂ ਜਿਹਨਾਂ ਨੇ ਅਪਲਾਈ ਕੀਤਾ ਹੋਇਆ ਲਾਇਸੈਂਸ ਦੇ ਵਾਸਤੇ ਉਹਨਾਂ ਦੀ ਉਹਨਾਂ ਨੇ ਡਿਟੇਲ ਲੈ ਲਿੱਤੀ ਹੈ ਔਰ ਅੱਗੇ ਕਹਿੰਦੇ ਮੈਂ ਜਿੰਨੇ ਵੀ SSB ਹੈ ਉਹਨਾਂ ਨੂੰ ਮੈਂ ਇਸ਼ੂ ਕਰ ਦਿੰਦਾ ਔਰ ਤੁਸੀਂ ਜਾ ਕੇ ਆਪਣੇ ਲਾਇਸੈਂਸ ਬਣਾਓ। ਤੁਹਾਨੂੰ ਕੀ ਲੱਗਦਾ ਸਰ, ਜਿਵੇਂ ਛੋਟੇ ਲੀਡਰ ਹੁੰਦੇ ਕਈ ਵਾਰੀ ਕੰਟਰੋਵਰਸੀ ਕ੍ਰੀਏਟ ਕਰਦੇ ਕਿ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ, ਸਿਕਿਉਰਿਟੀ ਲੈਣ ਵਾਸਤੇ? ਅਸੀਂ ਉਹਨਾਂ ਦੀ ਵੀ ਗੱਲ ਕੀਤੀ ਹੈ, ਅਸੀਂ ਦੱਸਿਆ ਵੀ ਕੁਛ ਭੜਕਾਊ ਗੱਲਾਂ ਇਕੱਲੇ ਹਿੰਦੂਆਂ ਵੱਲੋਂ ਨਹੀਂ, ਕੁਛ ਐਸੇ ਜਿਹੜੇ ਦੂਸਰੇ ਲੋਕ ਹੈ ਉਹ ਵੀ ਭੜਕਾਊ ਗੱਲਾਂ ਕਰਦੇ ਆ, ਇਸ ਕਰਕੇ ਇਹ ਫਿਰ ਆਪਣੇ ਉਹਦੇ ਜਵਾਬ ਦਿੰਦੇ ਆ, ਗਾਲੀ ਗਲੋਚ ਹੋ ਜਾਂਦੇ ਆ, ਉਹਦੇ ਨਾਲ ਸਮਾਜ ਦੇ ਉੱਤੇ ਬੁਰਾ ਅਸਰ ਪੈਂਦਾ ਪਿਆ। ਅਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੇਟ ਸਪੀਚ ਕਰੇਗਾ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਦੇਣੀ ਹੈ, ਵੀ ਜਿਹੜਾ ਹੇਟ ਸਪੀਚ ਕਰੇਗਾ ਜਿਹਦੇ ਕੋਲ ਸਿਕਿਉਰਿਟੀ ਰੱਖੀ ਹੋਈ ਹੈ ਉਹਦੀ ਸਿਕਿਉਰਿਟੀ ਅਸੀਂ ਵਿਡਰਾਅ ਕਰ ਲਾਂਗੇ। ਅਤੇ ਤੁਸੀਂ ਵੀ ਕੋਈ ਆਪਣਾ ਸੰਗਠਨ ਜਿਹੜਾ ਹੈਗਾ ਤੁਸੀਂ ਵੀ ਵੋਚ ਰੱਖੋਗੇ ਇਸ ਤਰ੍ਹਾਂ ਦੇ ਲੋਕਾਂ 'ਤੇ? ਨਹੀਂ ਦੇਖੋ, ਪਤਾ ਗੱਲ ਕੀ, ਅਸੀਂ ਇਸ ਤਰ੍ਹਾਂ ਦੇ ਬਾਰੇ ਨਹੀਂ ਕਹਿ ਸਕਦੇ, ਅਸੀਂ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਵੱਲੋਂ ਹੈ ਵੀ ਸਾਡੇ ਵੱਲੋਂ ਕੋਈ ਬੰਦਾ ਇਸ ਤਰ੍ਹਾਂ ਦੀ ਹੇਟ ਸਪੀਚ ਵਾਲੀ ਗੱਲ ਨਹੀਂ ਕਰਦਾ, ਪਰ ਅਸੀਂ ਆਪਣੇ ਸਮਾਜ ਦੀ ਰੱਖਿਆ ਵਾਸਤੇ ਅਸੀਂ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹੀਦਾ। ਹਿੰਦੂ ਸਮਾਜ ਦੀਆਂ ਗੱਲਾਂ ਜਿਹੜੇ ਜਿੰਨੀ ਵੀ ਡਿਮਾਂਡਸ ਹੈ ਉਹਨਾਂ ਦੇ ਉੱਤੇ ਕੋਈ ਵਿਪਤਾ ਆਉਂਦੀ ਹੈ, ਅਸੀਂ ਉਹਦੇ ਵਾਸਤੇ ਟਾਈਮ ਟੂ ਟਾਈਮ ਆਪਣੀ ਆਵਾਜ਼ ਚੱਕੀ ਦੀ ਹੈ। ਅਸੀਂ ਅੱਜ ਡੀ ਜੀ ਪੀ ਸਾਹਿਬ ਦੇ ਕੋਲ ਆਏ ਸੀਗੇ, ਉਹਨਾਂ ਨੂੰ ਅਸੀਂ ਪਹਿਲਾਂ ਇੱਕ ਈਮੇਲ ਪਾਈ ਸੀਗੀ, ਉਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ, ਹਿੰਦੂ ਲੀਡਰਸ ਦੇ ਉੱਤੇ ਅਟੈਕ ਹੋ ਰਹੇ ਆ, ਔਰ ਹਿੰਦੂ ਲੀਡਰਸ ਦੇ ਜਿਹੜੇ ਸਿਕਿਉਰਿਟੀ ਦੇ ਬੰਦੇ ਤੁਸੀਂ ਪ੍ਰੋਵਾਈਡ ਕੀਤੇ ਹੋਏ ਆ ਉਹਨਾਂ ਦੀ ਜਾਨ ਦੀ ਰੱਖਿਆ ਨਹੀਂ ਕਰ ਪਾ ਰਹੇ। ਅਤੇ ਇਸ ਕਰਕੇ ਅਸੀਂ ਇਹ ਗੱਲ ਕੀਤੀ ਸੀਗੀ, ਡੀ ਜੀ ਪੀ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਸੀਗੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਹਿੰਦੂ ਲੀਡਰ ਹੈ ਇਹਨਾਂ ਨੂੰ ਤੁਸੀਂ ਲਾਇਸੈਂਸ ਦਿੱਤੇ ਜਾਣ, ਵੀ ਜਿਹਨਾਂ ਦੇ ਕੋਲ ਲਾਇਸੈਂਸ ਨਹੀਂ ਹੈ ਘੱਟ ਤੋਂ ਘੱਟ ਅਸੀਂ ਆਪਣੇ ਜੇ ਸਾਨੂੰ ਲਾਇਸੈਂਸ ਪ੍ਰੋਵਾਈਡ ਹੋ ਜਾਣਗੇ ਤਾਂ ਅਸੀਂ ਘੱਟ ਤੋਂ ਘੱਟ ਮੌਕੇ ਦੇ ਉੱਤੇ ਮੁਕਾਬਲਾ ਕਰ ਪਾਈਏ, ਆਪਣੀ ਜਾਨ ਦੀ ਰੱਖਿਆ ਕਰ ਪਾਈਏ ਔਰ ਆਪਣੇ ਸਮਾਜ ਦੀ ਜਾਨ ਦੀ ਰੱਖਿਆ ਕਰ ਪਾਈਏ। ਅਤੇ ਆਪਣੇ ਡੀ ਜੀ ਪੀ ਸਾਹਿਬ ਨੇ, ਆਪਣੇ ਜਿਹੜੇ ਸੀਗੇ ਅਰਪੀ ਸ਼ੁਕਲਾ ਜੀ, ਇਹਨਾਂ ਨੇ ਸਾਡੀ ਸਾਰੀ ਗੱਲਾਂ ਮੰਨੀਆਂ ਔਰ ਉਸੇ ਵੇਲੇ ਹੀ ਜਿਹਨਾਂ ਜਿਹਨਾਂ ਨੇ ਅਪਲਾਈ ਕੀਤਾ ਹੋਇਆ ਲਾਇਸੈਂਸ ਦੇ ਵਾਸਤੇ ਉਹਨਾਂ ਦੀ ਉਹਨਾਂ ਨੇ ਡਿਟੇਲ ਲੈ ਲਿੱਤੀ ਹੈ ਔਰ ਅੱਗੇ ਕਹਿੰਦੇ ਮੈਂ ਜਿੰਨੇ ਵੀ SSB ਹੈ ਉਹਨਾਂ ਨੂੰ ਮੈਂ ਇਸ਼ੂ ਕਰ ਦਿੰਦਾ ਔਰ ਤੁਸੀਂ ਜਾ ਕੇ ਆਪਣੇ ਲਾਇਸੈਂਸ ਬਣਾਓ। ਤੁਹਾਨੂੰ ਕੀ ਲੱਗਦਾ ਸਰ, ਜਿਵੇਂ ਛੋਟੇ ਲੀਡਰ ਹੁੰਦੇ ਕਈ ਵਾਰੀ ਕੰਟਰੋਵਰਸੀ ਕ੍ਰੀਏਟ ਕਰਦੇ ਕਿ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ, ਸਿਕਿਉਰਿਟੀ ਲੈਣ ਵਾਸਤੇ? ਅਸੀਂ ਉਹਨਾਂ ਦੀ ਵੀ ਗੱਲ ਕੀਤੀ ਹੈ, ਅਸੀਂ ਦੱਸਿਆ ਵੀ ਕੁਛ ਭੜਕਾਊ ਗੱਲਾਂ
ਇਕੱਲੇ ਹਿੰਦੂਆਂ ਵੱਲੋਂ ਨਹੀਂ, ਕੁਛ ਐਸੇ ਜਿਹੜੇ ਦੂਸਰੇ ਲੋਕ ਹੈ ਉਹ ਵੀ ਭੜਕਾਊ ਗੱਲਾਂ ਕਰਦੇ ਆ, ਇਸ ਕਰਕੇ ਇਹ ਫਿਰ ਆਪਣੇ ਉਹਦੇ ਜਵਾਬ ਦਿੰਦੇ ਆ, ਗਾਲੀ ਗਲੋਚ ਹੋ ਜਾਂਦੇ ਆ, ਉਹਦੇ ਨਾਲ ਸਮਾਜ ਦੇ ਉੱਤੇ ਬੁਰਾ ਅਸਰ ਪੈਂਦਾ ਪਿਆ। ਅਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੇਟ ਸਪੀਚ ਕਰੇਗਾ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਦੇਣੀ ਹੈ, ਵੀ ਜਿਹੜਾ ਹੇਟ ਸਪੀਚ ਕਰੇਗਾ ਜਿਹਦੇ ਕੋਲ ਸਿਕਿਉਰਿਟੀ ਰੱਖੀ ਹੋਈ ਹੈ ਉਹਦੀ ਸਿਕਿਉਰਿਟੀ ਅਸੀਂ ਵਿਦਡਰਾਅ ਕਰ ਲਾਂਗੇ। ਅਤੇ ਤੁਸੀਂ ਵੀ ਕੋਈ ਆਪਣਾ ਸੰਗਠਨ ਜਿਹੜਾ ਹੈਗਾ ਤੁਸੀਂ ਵੀ ਵੋਚ ਰੱਖੋਗੇ ਇਸ ਤਰ੍ਹਾਂ ਦੇ ਲੋਕਾਂ 'ਤੇ? ਨਹੀਂ ਦੇਖੋ, ਪਤਾ ਗੱਲ ਕੀ, ਅਸੀਂ ਇਸ ਤਰ੍ਹਾਂ ਦੇ ਬਾਰੇ ਨਹੀਂ ਕਹਿ ਸਕਦੇ, ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਵੱਲੋਂ ਹੈ ਅਤੇ ਸਾਡੇ ਵੱਲੋਂ ਕੋਈ ਬੰਦਾ ਇਸ ਤਰ੍ਹਾਂ ਦੀ ਹੇਟ ਸਪੀਚ ਵਾਲੀ ਗੱਲ ਨਹੀਂ ਕਰਦਾ, ਪਰ ਅਸੀਂ ਆਪਣੇ ਸਮਾਜ ਦੀ ਰੱਖਿਆ ਵਾਸਤੇ ਅਸੀਂ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹੀਦਾ। ਹਿੰਦੂ ਸਮਾਜ ਦੀਆਂ ਗੱਲਾਂ ਜਿਹੜੇ ਜਿੰਨੀ ਵੀ ਡਿਮਾਂਡਸ ਹੈ ਉਹਨਾਂ ਦੇ ਉੱਤੇ ਕੋਈ ਫਿਰਤਾ ਆਉਂਦੀ ਹੈ, ਅਸੀਂ ਉਹਦੇ ਵਾਸਤੇ ਟਾਈਮ ਟੂ ਟਾਈਮ ਆਪਣੀ ਆਵਾਜ਼ ਚੱਕੀ ਦੀ ਹੈ। Subscribe to One India channel and never miss an update.